ਸਵਾਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਫਿਰ ਤੋਂ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਭਰਤੀ ਦਾ ਨੋਟੀਫਿਕੇਸ਼ਨ ਜਿਹਦੇ ਵਿੱਚ ਦੋਨੋਂ ਕੁੜੀਆਂ ਤੇ ਮੁੰਡੇ ਅਪਲਾਈ ਕਰ ਸਕਦੇ ਨੇ ਤੇ ਇਹ ਚ ਤੁਹਾਡੀ ਸੈਲਰੀ ਜਿਹੜੀ ਹੈ ਜੀ 18000 ਤੋਂ ਲੈ ਕੇ 47600 ਤੱਕ ਰਹਿਣ ਵਾਲੀ ਹੈ ਬਹੁਤ ਹੀ ਵਧੀਆ opportunity ਹੈ ਜਿਹੜੇ ਵੀ ਕੈਂਡੀਡੇਟ ਲੋਕਲ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨਾ ਚਾਹੁੰਦੇ ਨੇ ਸੈਲਰੀ ਸਕੇਲ ਵਧੀਆ ਹੈ ਤੁਹਾਡਾ ਠੀਕ ਹੈ ਜੀ ਔਰ ਤੁਹਾਡਾ ਐਕਸਪੀਰੀਅੰਸ ਵੀ ਵਧੀਆ ਕਾਊਂਟ ਹੋਏਗਾ ਤੁਸੀਂ ਵਧੀਆ ਕੰਪਨੀ ਜਿਹੜਾ ਕੰਮ ਕਰਨ ਜਾ ਰਹੇ ਹੋ ਇਸ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਦੇ ਲਿਜਿਬਿਲਟੀ ਕੀ ਰਹੂਗੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਣਾ ਹੈ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਰਹਿ ਜਾਵੇ ਤੁਸੀਂ ਸਾਨੂੰ ਕਮੈਂਟ ਕਰੋ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਇਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਲੇਕਿਨ ਉਸ ਤੋਂ ਪਹਿਲ ਅਗਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆ ਰਹੇ ਹੋ ਤਾਂ ਚਾਹੁੰਦੇ ਹਾਂ ਕਿ ਹਰ ਗਵਰਨਮੈਂਟ ਪ੍ਰਾਈਵੇਟ ਦੇ ਗੈਰ ਕੈਂਡੀਡੇਟ ਜਿਹੜੇ ਵੀ ਸਰਕਾਰੀ ਅਧਾਰਿਆਂ ਦੇ ਵਿੱਚ ਭਰਤੀਆਂ ਨਿਕਲਦੀਆਂ ਨੇ ਤੁਸੀਂ ਚਾਹੁੰਦੇ ਹੋ ਉਹਨਾਂ ਦਾ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਨ ਜਾਂ ਸੈਮੀ ਗਵਰਨਮੈਂਟ ਜਿਹੜੇ ادارے ਹੁੰਦੇ ਨੇ ਜਿਨ੍ਹਾਂ ਵਿੱਚ ਭਰਤੀਆਂ ਦੇ ਨੋਟੀਫਿਕੇਸ਼ਨ ਨਿਕਲਦੇ ਰਹਿੰਦੇ ਨੇ ਕੰਟਰੈਕਟ ਬੇਸਿਸ ਤੇ ਅਗਰ ਉਹਨਾਂ ਦੀ ਜਾਣਕਾਰੀ ਵੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜਿਹੜਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦਿਵੋ ਉਹਦੇ ਨਾਲ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਊਟ ਹੋਏਗਾ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਆਵਾਂਗਾ ਤੇ ਤੁਸੀਂ ਚੈੱਕ ਕਰਕੇ ਉਹਨਾਂ ਲਈ ਅਪਲਾਈ ਕਰ ਪਾਉਂਗੇ ਜੀ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਕਨਪਾਏਗਾ ਤੁਹਾਨੂੰ ਇਹ ਤੁਸੀਂ ਸਭ ਤੋਂ ਪਹਿਲਾਂ ਜੀ ਫਾਰਮ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਤੁਸੀਂ ਆਪਣੀ ਅਸਾਮੀ ਦਾ ਨਾਮ मतलब ਜਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਦੋ ਪੋਸਟਾਂ ਦੇ ਵਿੱਚ ਹੈਗੀਆਂ ਨੇ ਅਲੱਗ-ਅਲੱਗ ਉਹ ਮੈਂ ਤੁਹਾਨੂੰ ਦੱਸ ਦਿਆਂ ਜੀ ਤੇ ਇਹਦੇ ਵਿੱਚ ਉਮੀਦਵਾਰ ਦਾ ਨਾਮ मतलब ਤੁਹਾਡਾ ਨਾਮ ਪਿਤਾ ਦਾ ਨਾਮ ਇੱਥੇ ਤੁਸੀਂ ਲੇਟੈਸਟ ਫੋਟੋਗ੍ਰਾਫ ਜਿਹੜੀ ਖਿਜਵਾਈ ਹੈ ਜੀ ਉਹ ਲਾਉਣੀ ਹੈ ਜਿਹੜੀ ਤੁਹਾਡੀ ਲੇਟੈਸਟ ਹੋਵੇ ਪੁਰਾਣੀ ਕੋਈ ਫੋਟੋ ਇੱਧਰ ਤੇ ਜਾਂ ਕੋਈ ਸਟੈਂਪ ਲੱਗੀ ਹੋਈ ਜਾਂ ਫਟੇ ਕਿਨਾਰੇ ਵਾਲੀ ਨਹੀਂ ਲਗਾਣੀ ਕਿਉਂਕਿ ਤੁਹਾਡਾ ਫਾਰਮ ਜਿਹੜਾ ਨਾ ਰਿਜੈਕਟ ਹੋ ਜਾਏਗਾ ਇਸ ਦੇ ਵਿੱਚ ਤੁਹਾਡੀ ਕੈਟਾਗਰੀ ਠੀਕ ਹੈ ਜੀ ਤੁਸੀਂ ਤੁਹਾਡਾ ਆਪਣਾ ਸਟੇਟਸ ਜਨਮ ਮਿਤੀ ਉਮਰ ਸਾਲ ਤੇ ਮਹੀਨੇ ਦੇ ਅਕੋਰਡਿੰਗਲੀ ਟੈਲੀਫੋਨ ਮੋਬਾਈਲ ਨੰਬਰ ਤੇ ਰਿਹائش ਦਾ ਪਤਾ ਇਹ ਤੁਸੀਂ ਬਿਲਕੁਲ ਸਹੀ ਭਰਨਾ ਹੈ ਕਿਉਂਕਿ ਇਹਦੇ ਉੱਪਰ ਹੀ ਤੁਹਾਨੂੰ ਫਰਦਰ ਕੋਈ ਵੀ ਅਗਰ ਨੋਟਿਸ ਹੋਏਗਾ ਜਾਂ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਇਹ ਤੁਹਾਡੇ ਨੰਬਰ ਦੇ ਥਰੂ ਕਮਿਊਨੀਕੇਸ਼ਨ ਜਿਹੜੀ ਹੈ ਜੀ ਉਹ ਹੋਏਗੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਤੁਹਾਡੀ ਜਿਹੜੀ ਕੁਆਲਿਫੀਕੇਸ਼ਨ ਹੈ ਉਹ ਤੁਸੀਂ ਮੈਂਸ਼ਨ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਹਾਇਰ ਹੀ ਕਰਨੀ ਹੈ ਮਤਲਬ 10ਵੀਂ 12ਵੀਂ ਤੋਂ ਉੱਪਰ ਜਿਹੜੀ ਕੀਤੀ ਹੋਈ ਹੈ ਉਹ ਹੀ ਮੈਂਸ਼ਨ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਐਕਸਪੀਰੀਅੰਸ ਹੈਗਾ ਹੈ ਤਾਂ ਉਹ ਤੁਸੀਂ ਇਹਦੇ ਵਿੱਚ ਮੈਂਸ਼ਨ ਕਰ ਦੇਣਾ ਕਿਹੜੇ ਵਿਭਾਗ ਚ ਹੈਗਾ ਕਿੰਨੇ ਸਾਲ ਦਾ ਹੈ ਔਰ ਉਹਦੇ ਵਿੱਚ ਕੰਮ ਦਾ ਵੇਰਵਾ ਵੀ ਤੁਸੀਂ ਦੋਗੇ ਮਤਲਬ ਡਿਟ ਕਿਉਂਕਿ ਮੈਂ ਤੁਸੀਂ ਨਾਲ ਅਟੈਚ ਕਰਨੇ ਨੇ ਉਹਨਾਂ ਦਾ ਸੀਰੀਅਲ ਵਾਈਜ਼ ਜਿਹੜਾ ਤੁਸੀਂ ਲਿਖ ਲੈਣਾ ਹੈ ਜੀ ਇਹ ਫਾਰਮ ਤੁਹਾਨੂੰ ਮੈਂ ਦੇ ਦਾਂਗਾ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਲੇਗਾ ਤੁਹਾਨੂੰ ਤੁਸੀਂ ਡਾਊਨਲੋਡ ਕਰ ਲੈਣਾ ਜੀ ਔਰ ਇਹ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਜਿਹੜਾ ਤੁਸੀਂ ਭੇਜ ਦੇਣਾ ਹੈ ਉਹਦੇ ਵਿੱਚ ਆਪਣੇ ਸਾਈਨ ਸਾਈਨ ਆਫ ਕਰਕੇ ਤੇ ਮਿਤੀ ਤੇ ਸਥਾਨ ਲਿਖ ਕੇ ਇਹ ਜਿੱਦਾਂ ਤੁਸੀਂ ਇਹਨਾਂ ਨੂੰ ਸੈਂਡ ਕਰੋਗੇ ਇਹਦੇ ਵੇਲੇ ਤੁਹਾਡਾ ਅਪਲਾਈ ਜਿਹੜਾ ਹੋ ਜਾਏਗਾ ਮੈਂ ਅੱਗੇ ਤੁਹਾਨੂੰ ਐਡਰੈਸ ਵੀ ਦੱਸ ਦਿਆਂਗਾ ਜਿੱਥੇ ਸੈਂਡ ਕਰਨਾ ਹੈ ਜੀ ਏ ਤੁਸੀਂ ਦੇਖ ਪਾ ਰਹੇ ਹੋ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਕਿ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਐਡੀਸ਼ਨ ਡਿਪਟੀ ਕਮਿਸ਼ਨਰ ਵੱਲੋਂ ਕੱਢਿਆ ਗਿਆ ਜ਼ਿਲ੍ਹਾ ਪ੍ਰੈਸ਼ਦ ਕੰਪਲੈਕਸ ਮੋਗਾ ਵੱਲੋਂ ਜੀ ਇਹਦੇ ਵਿੱਚ ਦੋ ਭਰਤੀਆਂ ਆਊਟ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਔਰ ਦੂਜੀ ਜਿਹੜੀ ਹੈ ਜੀ ਕਲਸਟਰ ਕੋਆਰਡੀਨੇਟਰ ਦੀ ਇਹਦੇ ਵਿੱਚ ਸਭ ਤੋਂ ਪਹਿਲੀ ਪੋਸਟ ਲਈ ਅਗਰ ਅਸੀਂ ਗੱਲ ਕਰੀਏ ਇੱਕ ਪੋਸਟ ਹੈ ਇਹਦੇ ਵਿੱਚ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਸਟਰੀਮ ਦੇ ਵਿੱਚ ਤੁਸੀਂ ਐਲੀਜੀਬਲ ਹੋ ਇਹਦੇ ਲਈ ਅਪਲਾਈ ਕਰ ਸਕਦੇ ਹੋ

ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੈਗਾ ਜਿਹੜਾ ਕਿ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਹੋਵੇ ਜਾਂ ਇਹਦੇ ਕਿਸੇ ਵੀ ਰਿਲੇਟਿਡ ਜਿਹੜਾ ਹੈ ਰੈਲੇਵੈਂਟ ਫੀਲਡ ਦੇ ਵਿੱਚ ਤੁਹਾਨੂੰ ਹੈਗਾ ਤੁਸੀਂ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਤੁਹਾਡਾ ਜਿਹੜਾ 45000 ਪਰ ਮੰਥ ਸੈਲਰੀ ਜਿਹੜੀ ਹੈ ਜੀ ਉਹ ਰਹੇਗੀ ਇਹਦੇ ਵਿੱਚ ਤੇ ਹੋਰ ਵੀ ਜਿਹੜੇ ਸੁਵਿਧਾਵਾਂ ਨੇ ਉਹ ਤੁਹਾਨੂੰ ਦਿੱਤੀਆਂ ਜਾ ਸਕਦੀਆਂ ਨੇ ਉਹ ਤੁਹਾਨੂੰ ਜਿਹੜਾ ਇੰਟਰਵਿਊ ਦੇ ਟਾਈਮ ਤੇ ਕਲੀਅਰ ਕਰ ਦਿੱਤਾ ਜਾਏਗਾ ਜੀ ਇਸ ਤੋਂ ਬਾਅਦ ਜਿਹੜਾ ਹੈ ਮੋਡ ਆਫ ਰਿਕਰੂਟਮੈਂਟ ਜਿਹੜਾ ਹੈ ਇਹਦੇ ਵਿੱਚ ਡਾਇਰੈਕਟ ਕੰਟ੍ਰੈਕਟ ਬੇਸਿਸ ਤੇ ਹੋਏਗੀ ਇਸ ਤੋਂ ਬਾਅਦ ਨੈਕ ਜਿਹੜੀ ਨਿ ਕਲਸਟਰ ਕੋਆਰਡੀਨੇਟਰ ਦੀ ਐਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਡਿਪਲੋਮਾ ਔਰ ਡਿਗਰੀ ਕੀਤਾ ਹੋਇਆ ਰੂਰਲ ਡਵੈਲਪਮੈਂਟ ਮੈਨੇਜਮੈਂਟ ਦੇ ਵਿੱਚ ਐਗਰੀ ਬਿਜ਼ਨਸ ਦੇ ਵਿੱਚ ਸੋਸ਼ਲ ਸਾਇੰਸ ਔਰ ਐਕਸਪੀਰੀਅੰਸ ਹੈਗਾ ਇੱਕ ਤੋਂ ਇੱਕ ਤੋਂ 2 ਸਾਲ ਦਾ ਤਾਂ ਤੁਸੀਂ ਜਿਹੜਾ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਜਿਹੜੇ ਲੋਕਲ ਲਾਈਟ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜੀ ਐ ਪ੍ਰੀਫਰੈਂਸ ਦਿੱਤੀ ਜਾਏਗੀ ਈਦਰ ਬਾਕੀ ਵੀ ਕੈਂਡੀਡੇਟ ਐਲੀਜੀਬਲ ਨੇ ਜਿਨ੍ਹਾਂ ਨੂੰ ਐਮ ਐਸ ਆਫਿਸ ਐਪਲੀਕੇਸ਼ਨ ਤੇ ਇੰਟਰਨੈਟ ਦੀ ਜਿਹੜੀ ਨੌਲੇਜ ਹੈਗੀ ਹੈ ਤੇ ਉਹਨਾਂ ਕੋਲ ਜਿਹੜਾ ਅਵੇਲੇਬਲ ਹੋਏਗਾ ਜੀ ਉਸ ਤੋਂ ਬਾਅ ਏਰੀਆ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਤੁਹਾਡਾ ਹੋਣਾ ਚਾਹੀਦਾ ਮਤਲਬ ਉਹ ਏਰੀਆ ਇਸ ਦੇ ਵਿੱਚ ਤਾਂ ਹੀ ਤੁਸੀਂ ਇਹਦੇ ਲਈ एलिਜੀਬਲ ਹੁੰਦੇ ਹੋ ਜੀ ਔਰ ਪੰਜਾਬੀ ਲੈਂਗੁਏਜ ਮੈਟ੍ਰਿਕ ਦੇ ਤੁਸੀਂ ਪੰਜਾਬੀ ਸਬਜੈਕਟ ਨਾਲ ਪਾਸ ਕੀਤੀ ਜਰੂਰੀ ਹੈ ਔਰ ਇਹਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ 18000 ਪਰ ਮਹੀਨਾ ਰਹੇਗੀ ਡਾਇਰੈਕਟ ਕੰਟਰੈਕਟ ਬੇਸਿਸ ਤੇ ਤੁਹਾਡੀ ਜਿਹੜੀ ਹੈ ਜੀ ਇਹ ਪੋਸਟ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਤੁਹਾਡੀ ਜਿਹੜੀ ਮੈਕਸਿਮਮ ਏਜ ਲਿਮਿਟ ਹੈ 55 ਸਾਲ ਹੈ ਠੀਕ ਹੈ ਜੀ ਔਰ ਜਿਹੜੇ ਰਿਟਾਇਰ ਕੈਂਡੀਡੇਟ ਨੇ ਉਹਨਾਂ ਨੂੰ 2 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਦਿੱਤੀ ਜਾਏਗੀ ਐਪਲੀਕੇਸ਼ਨ ਫਾਰਮ ਤੁਸੀਂ ਡਾਇਰੈਕਟ ਇਹਨਾਂ ਦੀ ਵੈਬਸਾਈਟ ਜੋ ਕਿ http://moga.nic.in ਤੋਂ ਵੀ ਡਾਊਨਲੋਡ ਕਰ ਸਕਦੇ ਹੋ ਔਰ ਇਹਦੇ ਨਾਲ ਆਪਣੀ ਫੋਟੋਕਾਪੀ ਲਗਾ ਕੇ ਜੋ ਕਿ ਤੁਸੀਂ 6/4/2021 ਤੋਂ ਪਹਿਲਾਂ ਪਹਿਲਾਂ ਸੈਂਡ ਕਰ ਦੇਣੀ ਹੈ ਜੀ ਜੋ ਐਡਰੈਸ ਹੈਗਾ ਉਹ ਹੈਗਾ ਜੀ ਐਡੀਸ਼ਨਲ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰੇਸ਼ਦ ਕੰਪਲੈਕਸ ਮੋਗਾ ਐਨਆਰਐਮ ਆਫਿਸ ਦੇ ਵੱਲੋਂ ਇਸ ਦੇ ਵਿੱਚ ਜਿਹੜੀ ਵੀ ਇਨਕੰਪਲੀਟ ਅਪਲੀਕੇਸ਼ਨਸ ਹੋਣ ਕੇਨ ਆਨ ਰਿਜੈਕਟ ਕਰ ਦਿੱਤਾ ਜਾਏਗਾ ਜੀ ਕੋਈ ਵੀ ਟੀਏ ਜਾਂ ਡੀਏ ਜਿਹੜਾ ਨਹੀਂ ਦਿੱਤਾ ਜਾਏਗਾ ਤੁਹਾਨੂੰ ਇਸ ਦੇ ਵਿੱਚ ਤੁਹਾਡੀ ਜਿਹੜੀ ਸਿਲੈਕਸ਼ਨ ਹੋਏਗੀ ਸਭ ਤੋਂ ਪਹਿਲਾਂ ਤਾਂ ਅਗਰ ਅਸੀਂ ਗੱਲ ਕਰੀਏ ਤੁਹਾਡੀ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਤੇ ਇਹਦੇ ਵਿੱਚ ਤੁਹਾਡਾ ਜਿਹੜਾ ਪਰ ਹੋਏਗਾ ਪ੍ਰੈਜੈਂਟੇਸ਼ਨ 라ਉਂਡ ਹੋਏਗਾ ਔਰ ਅਗਰ ਅਸੀਂ ਗੱਲ ਕਰੀਏ ਦੂਜੀ ਤੁਹਾਡੀ ਲੈਸਟਰ ਕੋਆਰਡੀਨੇਟਰ ਦੀ ਤਾਂ ਇਹ ਵੀ ਤੁਹਾਡਾ ਰਿਟਨ ਟੈਸਟ ਹੋ ਸਕਦਾ ਹੈ ਜਿਹੜਾ ਕਿ ਤੁਹਾਨੂੰ ਟਾਈਮ-ਟਾਈਮ ਇਨਫੋਰਮ ਕਰ ਦਿੱਤਾ ਜਾਏਗਾ ਜੀ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਦਾ ਟੈਸਟ ਜਿਹੜਾ ਇਹ ਲਿੱਤਾ ਜਾ ਸਕਦਾ ਹੈ ਜੀ ਤੋਂ ਇਹ ਸੀਗਾ ਜੀ ਅੱਜ ਦੇ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ